ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਨਾਮ ਦੀ ਬਿਆਨਤ ਵਡਿਆਈ ਕੀਤੀ ਗਈ ਹੈ ਇਸ ਨਾਮ ਦੀ ਵਿਆਖਿਆ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਕਈ ਥਾਵਾਂ ਤੇ ਕੀਤਾ ਹੈ ਇੱਕ ਉਹਨਾਂ ਦੀ ਲਿਖਤ ਹੈ ਭਾਈ ਚੰਡਾ ਜੀਓ ਗੁਰੂ ਨਾਨਕ ਚਮਤਕਾਰ ਵਿੱਚ ਉਸ ਵਿੱਚ ਵੀ ਆਪਨੇ ਨਾਮ ਦਾ ਜ਼ਿਕਰ ਕੀਤਾ ਹੈ ਉਸ ਲਿਖਤ ਦੇ ਕੁਝ ਅੰਸ਼ ਨੂੰ ਗੁਰਮਤਿ ਨਾਮ ਪੁਸਤਕ ਵਿੱਚ ਛਾਪਿਆ ਗਿਆ ਸੀ ਆ ਉਸ ਅੰਸ਼ ਨੂੰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਰਲੇਖ ਹੈ ਨਾਮ ਇੱਕ ਵਿਦਿਆ ਤੇ ਅਕਹਿ ਨਾਮ ਵਿਦਿਆ ਹੈ ਨਾਮ ਪਰਮੇਸ਼ਰ ਦਾ ਨਾਮ ਹੈ ਨਾਮ ਪਰਮੇਸ਼ਰ ਦੇ ਗੁਣਾਂ ਦਾ ਸਰੋਵਰ ਹੈ ਨਾਮ ਉਸ ਦਾ ਸਰੂਪ ਹੈ ਨਾਉ ਪੂਜੀਏ ਨਾਉ ਮਨੀਏ ਅਖੰਡ ਸਦਾ ਸਚ ਸੋਏ ਆਪੇ ਨੂੰ ਸਾਈ ਨਾਲ ਲਾਈ ਰੱਖਣਾ ਨਾਮ ਹੈ ਨਾਲ ਲੱਗੇ ਰਹਿ ਕੇ ਰੰਗ ਤੇ ਰਸ ਵਿੱਚ ਜੀਵਣਾ ਨਾਮ ਹੈ ਨਾਨਕ ਨਾਮ ਨਾ ਛੋੜੇ ਸਾ ਤਨ ਨਾਮ ਸਹਿਜ ਸਮਾਣੀਆਂ ਨਾਮ ਜੋ ਕੁਛ ਕਿਹਾ ਹੈ ਅਜੇ ਹੋਰ ਹੈ ਨਾਮ ਇੱਕ ਤਿਆਰੀ ਤੇ ਯਤਨ ਹੈ ਜੋ ਸ਼ੁਭ ਕਰਮਾਂ ਤੋਂ ਉੱਪਰਲਾ ਸਾਧਨ ਤੇ ਦਰਜਾ ਹੈ ਆਪਣੇ ਆਪ ਨੂੰ ਸਾਈ ਦੇ ਅਸਰੇਠ ਲਿਆਉਣਾ ਨਾਮ ਹੈ ਜਿਵੇਂ ਪਾਲਾ ਲਗਦੇ ਸ਼ਰੀਰ ਨੂੰ ਸੂਰਜ ਦੇ ਸੰਮੁਖ ਕਰਨਾ ਆਪਣੇ ਪਾਲੇ ਨੂੰ ਹਰਨਾ ਹੈ ਤਿਵੇਂ ਔਗੁਣੀ ਭਰਪੂਰ ਮਨ ਨੂੰ ਸਾਈ ਦੇ ਸੰਮੁਖ ਕਰਨਾ ਤੇ ਕਰੀ ਰੱਖਣਾ ਮਨ ਦੇ ਔਗਣਾ ਨੂੰ ਹਰ ਲੈਣਾ ਹੈ ਤੇ ਇਹ ਮਨ ਨੂੰ ਸਾਈ ਦੇ ਅਸਰਾਂ ਲਈ ਉਸ ਦੇ ਸੰਮੁਖ ਰੱਖਣਾ ਤੇ ਕਰੀ ਰੱਖਣਾ ਇਹ ਰੁਹ ਇਹ ਝੁਕਾਓ ਇਹ ਯਾਦ ਇਹ ਯਤਨ ਸਭ ਨਾਮ ਹੈ ਸਿਮਰਨ ਨਾਲ ਸਾਡਾ ਮਨ ਸਾਈਂ ਦੀ ਹੋਣ ਦੇ ਸੰਸਕਾਰ ਅੰਦਰਲੇ ਸੰਸਕਾਰਾਂ ਵਾਲੇ ਮਨ ਵਿੱਚ ਲੈ ਜਾਏਗਾ। ਇਹੋ ਅੰਦਰਲਾ ਘਟ ਸਾਈਂ ਦੀ ਹੋਣ ਦੇ ਭਾਵ ਨਾਲ ਭਰ ਜਾਏਗਾ। ਉਸ ਦਾ ਸਰੂਪ ਸਤ ਹੈ। ਸੋ ਇੱਕ ਤਰ੍ਹਾਂ ਉਸ ਦਾ ਸਤ ਸਰੂਪ ਅੰਦਰ ਵਸ ਜਾਏਗਾ। ਉਹ ਸਾਈਂ ਸਰਬ ਗੁਣਾਂ ਦਾ ਸੋਮਾ ਹੈ। ਨੇਕੀ, ਸੁద్ధి ਤੇ ਨੇਕੀ ਸਾਰੀ ਹੈ। ਉਸ ਦੀ ਛੋ ਸਾਰੇ ਔਗਣਾਂ ਨੂੰ ਦੂਰ ਕਰਦੀ ਹੈ ਜਿਵੇਂ ਸੂਰਜ ਦਾ ਪ੍ਰਕਾਸ਼ ਅੰਧਕਾਰ ਨੂੰ ਮਾਰਦਾ ਹੈ ਤਿਵੇਂ ਉਸ ਦੇ ਅੰਦਰ ਵਸ ਜਾਣ ਨਾਲ ਸਭ ਔਗਣ ਦੂਰ ਹੋ ਕੇ ਗੁਣ ਭਰ ਜਾਣਗੇ ਫਿਰ ਆਪਾ ਆਪੇ ਸ਼ੁੱਧ ਹੋ ਜਾਏਗਾ ਤੇ ਆਪਣੇ ਕਰਤਾਰ ਨਾਲ ਮਿਲ ਜਾਏਗਾ ਨਾਮ ਦਾ ਉਪਦੇਸ਼ ਤੇ ਨਾਮ ਦੀ ਮਹਿਮਾ ਉੱਚੀ ਹੈ ਨਾਮ ਹੀ دارو ਹੈ ਨਾਮ ਅਰੋਗਤਾਈ ਹੈ ਨਾਮ ਦੇ ਤੁਲ ਹੋਰ ਕੁਝ ਨਹੀਂ ਪਰ ਨਾਮ ਅਮੋਲਕ ਹੈ ਇਸ ਦੀ ਕਦਰ ਕਰਨ ਵਾਲਾ ਕੋਈ ਜਾਣਦਾ ਹੈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਸੋ ਪਹਿਲਾਂ ਇਸ ਦੀ ਕਦਰ ਇਸ ਦੇ ਜਪਣਹਾਰ ਜਾਣਨਹਾਰ ਤੋਂ ਸੁਣ ਕੇ ਮਨ ਵਿੱਚ ਧਾਰ ਲਈ ਅਮੰਨਾ ਕੀਤਾ ਭਰੋਸਾ ਬਣਿਆ ਫਿਰ ਇਸ ਨਾਲ ਪ੍ਰੇਮ ਕੀਤਾ ਅਰਥਾਤ ਪ੍ਰੇਮ ਨਾਲ ਜਪਣਾ ਆਰੰਭਿਆ ਅੰਤਰਗਤ ਤੀਰਥ ਹੈ ਇੱਕ ਅਰਥਾਤ ਸਾਡਾ ਆਪਣਾ ਮਨ ਇੱਕ ਤੀਰਥ ਹੈ ਉਸ ਤੀਰਥ ਵਿੱਚ ਇਸ਼ਨਾਨ ਕਰਨਾ ਸਿੱਖਿਆ ਉਹ ਐਉਂ ਕਿ ਜੀਵ ਨਾਮ ਜਪੇ ਮਨ ਸਿਮਰਨ ਵਿੱਚ ਜਾਵੇ ਜਿਸ ਨੂੰ ਸਿਮਰਦਾ ਹੈ ਉਸ ਦੇ ਗੁਣਾਂ ਨੂੰ ਗਾਉਂਦਾ ਸਿਫਤ ਸਲਾਹ ਦੇ ਭਾਅ ਵਿੱਚ ਭਰਦਾ ਉਸ ਦੇ ਨਾਮ ਪ੍ਰੇਮ ਵਿੱਚ ਆਵੇ ਇਹ ਅੰਤਰਮੁਖ ਇਸ਼ਨਾਨ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾ। ਬਸ ਇਸ ਨਾਲ ਮਨ ਪ੍ਰਤੱਖ ਮਨ ਜੋ ਹੈ ਸੋ ਤਾਂ ਨਿਰਮਲ ਹੁੰਦਾ ਹੈ। ਇਸੇ ਨਾਲ ਮਨ ਦਾ ਸੰਸਕਾਰਾਂ ਨੂੰ ਲਈ ਬੈਠਾ ਹਿੱਸਾ ਵੀ ਸਮਾਪਾ ਕੇ ਨਿਰਮਲ ਹੋ ਜਾਂਦਾ ਹੈ। ਇਸ ਮਨ ਵਿੱਚ ਸਾਈਂ ਨਾਮ ਦੇ ਵਸ ਗਿਆ ਉਸ ਦੇ ਸਤ ਸਰੂਪ ਦੇ ਨਿਵਾਸ ਤੋਂ ਫਿਰ ਇੱਕ ਸੁਹਾਵ ਤੇ ਸੁੰਦਰਤਾ ਦੀ ਪ੍ਰਤੀਤੀ ਉਪਜ ਪੈਂਦੀ ਹੈ। ਸਤ ਸੋਹਾਨ ਸਦਾ ਮੰਚਾਓ ਤਦੋਂ ਅਨੰਦ ਸਰੂਪ ਮਿਲ ਕੇ ਜੀਵ ਆਨੰਦ ਮਾਣਦਾ ਹੈ ਇਸ ਸਾਰੀ ਗੱਲਬਾਤ ਨੂੰ ਕਹਿੰਦੇ ਹਾਂ ਨਾਮ ਨਾਮ ਨਾਲ ਕਲਿਆਣ ਹੈ ਸੋ ਨਾਮ ਦੀ ਸ਼ਰਨ ਲਾਓ ਗੁਰੂ ਜੀ ਝੰਡਿਆ ਗਲ ਤਾਂ ਗਾਉ ਕਰਕੇ ਪਕੜਨ ਵਾਲੀ ਮਨ ਦੇ ਪੱਲੇ ਵਿੱਚ ਪਾ ਕੇ ਖਿੱਚ ਕੇ ਗਣ ਦੇ ਲੈਣ ਵਾਲੀ ਹੋਈ ਇਹੋ ਜੇ ਕਿਸੇ ਦਾ ਮਨ ਉੱਚਾ ਸੁੱਚਾ ਹੈ ਤਾਂ ਸੁਣਦੇ ਸਾਰ ਇਹ ਯਾਦ ਦਾ ਰੌਂ ਟੁਰ ਪਏਗਾ ਇਹ ਮਨ ਦੀ ਅਵਸਥਾ ਦੀ ਗੱਲ ਹੈ ਕਈ ਮਨ ਐਸੇ ਹਨ ਕਿ ਸੁਣਦੇ ਸਾਰ ਲੱਗ ਪੈਂਦੇ ਹਨ ਪਰ ਐਸੇ ਮਨ ਵਿਰਲੇ ਹਨ ਕਮਾਏ ਹੋਏ ਮਨ ਜੋ ਦੀਵੇ ਵੱਟੀ ਤੇਲ ਦੇ ਵਾਂਗੂ ਤਿਆਰ ਹੁੰਦੇ ਹਨ ਲਾੜ ਦੀ ਛੋਹ ਲੱਗਦੇ ਸਾਰ ਬਲ ਪੈਂਦੇ ਹਨ ਪਰ ਜੋ ਮਨ ਕਮਾਏ ਹੋਏ ਨਹੀਂ ਜਿਨ੍ਹਾਂ ਨੂੰ ਵੈਰਾਗ ਸਤਸੰਗ ਆਦਿ ਕੋਈ ਤਰਲੇ ਪਹਿਲੇ ਕਿ ਹੁਣ ਨਹੀਂ ਲੰਗੇ ਉਹ ਲਗ ਤਾਂ ਪੈਂਦੇ ਹਨ ਪਰ ਫਿਰ ਫਿਰ ਭੁੱਲਦੇ ਹਨ ਸਾਹਿਬ ਸੱਚੇ ਸਾਹਿਬ ਦੀ ਯਾਦ ਤੋਂ ਵਿਸਰ-ਵਿਸਰ ਜਾਂਦੇ ਹਨ ਉਹਨਾਂ ਨੂੰ ਫਿਰ ਇੱਕ ਹੋਰ ਸਮਝ ਕਰਨੀ ਪੈਂਦੀ ਹੈ ਚੰਡਾ ਉਹ ਜ਼ਰੂਰ ਦੱਸੋ ਮੈਨੂੰ ਆਪਣੇ ਮਨ ਤੇ ਪਤੀਜਨਾ ਨਹੀਂ ਕਿ ਹੁਣ ਵਾਂਗੂ ਟੁਰਿਆ ਰਹੇਗਾ ਮੇਰਾ ਮਨ ਕੱਚਾ ਹੈ ਖਿਆਲ ਕਰਦਾ ਹੈ ਕਿ ਮੈਂ ਵਧੀਆ ਕਿਸਮ ਦਾ ਹਾਂ ਪਰ ਸਾਧਾਰਨ ਜਿਹਾ ਤੇ ਕੱਚਾ ਜਿਹਾ ਗੁਰੂ ਜੀ ਕਦੇ ਮੁੰਡੇ ਪੜਦੇ ਡਿਠੇ ਨਹੀਂ ਇੱਕ ਇੱਕ ਪਦ ਨੂੰ ਕਿੰਨੀ ਕਿੰਨੀ ਵਾਰੀ ਕੋਖਦੇ ਹਨ ਕੋਖਦੇ ਆ ਕੋਖਦੇ ਆ ਉਹ ਪਦ ਉਸ ਦਾ ਅਰਥ ਉਹਨਾਂ ਦੇ ਚੇਤੇ ਵਿੱਚ ਬੈਠਦਾ ਹੇਠਾਂ ਚਿੱਤ ਵਿੱਚ ਲੈ ਜਾਂਦਾ ਹੈ ਫਿਰ ਕਦੇ ਨਹੀਂ ਪੁੱਲਦਾ ਸੋ ਕਿਸੇ ਗੱਲ ਨੂੰ ਘੜੀ ਮੁੜੀ ਚੇਤੇ ਵਿੱਚ ਵਸਾਉਂਦੇ ਆ ਉਹ ਅੰਦਰ ਘਟ ਵਿੱਚ ਦਿਲ ਦੇ ਹੇਠਲੇ ਪਰਤ ਵਿੱਚ ਬੈਠ ਕੇ ਪੱਕੀ ਹੋ ਜਾਂਦੀ ਹੈ ਉਹ ਸਾਡਾ ਗਿਆਨ ਹੈ ਤੇ ਉਹ ਸੁਖ ਦੇਂਦਾ ਹੈ ਸੋ ਜੇ ਗੱਲ ਇੱਕੋ ਵਾਰੀ ਸੁਣ ਕੇ ਚੇਤੇ ਨਹੀਂ ਵਸ ਜਾਂਦੀ ਉਸ ਨੂੰ ਜੀਬ ਨਾਲ ਦੁਹਰਾਈਦਾ ਹੈ ਘੜੀ ਮੁੜੀ ਉਚਾਰੀਦਾ ਹੈ ਰਟਨ ਕਰੀਦਾ ਹੈ ਉਹ ਫਿਰ ਚੇਤੇ ਵਿੱਚ ਵਸਦੀ ਹੈ ਭਾਉ ਇਹ ਹੈ ਕਿ ਚੇਤੇ ਵਿੱਚ ਕਿਸੇ ਸ਼ੈ ਨੂੰ ਵਸਾਉਣ ਲਈ ਉਸ ਦਾ بار بار ਰਟਨ ਕਰਨਾ ਸਹਾਈ ਹੁੰਦਾ ਹੈ ਜਿਵੇਂ ਤੈਨੂੰ ਦੱਸਿਆ ਸੀ ਕਿ ਚੇਤੇ ਵਿੱਚ ਕਿਸੇ ਗੱਲ ਨੂੰ ਬਾਰ-ਬਾਰ ਵਸਾਇਆ ਉਹ ਗੱਲ ਚਿੱਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਵਸ ਜਾਂਦੀ ਹੈ। ਸੁਪਰਤਕ ਹੈ ਕਿ ਚੇਤੇ ਵਿੱਚ ਵਸਾਉਣ ਲਈ ਬਹੁਤ ਵੇਰੀ ਸਾਨੂੰ ਰਸਨਾ ਦੇ ਰਟਣ ਤੋਂ ਸਹਾਇਤਾ ਮਿਲ ਜਾਂਦੀ ਹੈ। ਇਹ ਗੱਲ ਕਿ ਰਟਣ ਨਾਲ ਬਾਰ-ਬਾਰ ਉਚਾਰਨ ਨਾਲ ਜਪਣ ਨਾਲ ਚੇਤੇ ਵਿੱਚ ਯਾਦ ਵਿੱਚ ਸਿਮਰਨ ਵਿੱਚ ਗੱਲ ਵਸ ਜਾਂਦੀ ਹੈ ਪਰਤਕ ਹੈ। ਸਾਡੇ ਮਨ ਦੀ ਅੰਦਰਲੀ ਕਲਾ ਦੀ ਮਨਾਵਟ ਈ ਐਸੀ ਹੈ ਤੇ ਹਰ ਕੋਈ ਸਮਝਦਾ ਹੈ ਜਿਤਨੇ ਵਿਦਵਾਨ ਹਨ ਸਭ ਨੇ ਵਿਦਿਆ ਇਸੇ ਤਰ੍ਹਾਂ ਰਟ ਰਟ ਤੇ ਯਾਦ ਕਰ ਕਰਕੇ ਅੰਦਰ ਵਸਾਈ ਹੈ ਸੋ ਚੰਡਿਆ ਜੇ ਤੋਖਲਾ ਹੋਵੇ ਕਿ ਸਾਈਂ ਦੀ ਹੋਣ ਸਾਡੀ ਯਾਦ ਵਿੱਚ ਲਗਾਤਾਰੀ ਨਿਵਾਸ ਨਹੀਂ ਕਰੇਗੀ ਤਾਂ ਸਾਈਂ ਦਾ ਨਾਮ ਰਸਨਾ ਤੇ ਬਿਠਾ ਕੇ ਜਪ ਕਰੀਏ ਰਟਨ ਕਰੀਏ ਬਾਰ-ਬਾਰ ਉਚਾਰੀਏ ਇਸ ਰਸਨਾ ਦੇ ਅਭਿਆਸ ਨਾਲ ਇਸ ਜੀਬ ਨਾਲ ਨਾਮ ਜਪਣ ਨਾਲ ਸਾਈਂ ਦੀ ਹੋਂਦ ਯਾਦ ਵਿੱਚ ਵਸ ਜਾਏਗੀ ਯਾਦ ਵਿੱਚੋਂ ਕਿਸੇ ਵੇਲੇ ਨਾ ਨਿਕਲਣ ਦੇਣ ਨਾਲ ਇਹ ਭਾਉ ਚਿਤ ਵਿੱਚ ਮਨ ਦੇ ਹੇਠਲੇ ਪਰਤ ਵਿੱਚ ਲਗਾਤਾਰੀ ਰੰਗ ਵੇ ਟਿਕ ਜਾਏਗਾ ਗੁਰੂ ਜੀ ਚੰਡਿਆ ਜਦ ਮਨ ਦੇ ਦੂਸਰੇ ਤਪਕੇ ਵਿੱਚ ਸੰਸਕਾਰੀ ਮਨ ਵਿੱਚ ਮਨ ਦਾ ਉਹ ਹਿੱਸਾ ਜਿਸ ਵਿੱਚ ਸੰਸਕਾਰ ਰਹਿੰਦੇ ਹਨ ਨਾਮ ਵਸ ਜਾਵੇਗਾ ਤਦ ਫਿਰ ਕੰਮ ਕਾਜ ਦਾ ਸਾਡਾ ਉਪਰਲਾ ਮਨ ਕਰਦਾ ਹੈ ਨਾ ਉਹ ਪਿਆਰੇਗਾ ਪਰ ਉਸ ਦੇ ਅੰਦਰ ਨਾਮ ਦਾ ਰੌਂ ਜਾਰੀ ਰਹੇਗਾ ਜਦ ਹੀ ਕਿ ਉਪਰਲਾ ਮਨ ਰੋ ਜਵੇਂ ਤੋਂ ਵੇਲਾ ਹੋਵੇਗਾ ਕੀ ਦੇਖੇਗਾ ਕਿ ਅੰਦਰੋਂ ਕਿਸੇ ਅਣਜਾਣੇ ਪਰਤ ਵਿੱਚੋਂ ਨਾਮ ਦੀ ਰੁਚੀ ਜ਼ੋਰ ਦੇ ਰਹੀ ਹੈ ਫਿਰ ਕੀ ਦੇਖੇਗਾ ਕਿ ਰੌਂ ਟਰ ਪਿਆ ਹੈ ਤੇ ਸਿਮਰਨ ਵਿੱਚ ਚੰਡਾ ਅਸੀਂ ਦਿਨ ਰਾਤ ਸੁਆਰਥਾਂ ਵਿੱਚ ਲੱਗੇ ਰਹਿੰਦੇ ਹਾਂ ਤੇ ਅਕਸਰ ਵਿਕਾਰਾਂ ਵਾਲੇ ਕੰਮ ਕਰਦੇ ਹਾਂ ਭੁੱਖ ਤ੍ਰੇਤੇ ਹੋਰ ਸਰੀਰਕ ਭੁੱਖਾਂ ਦੇ ਪੂਰੇ ਕਰਨ ਦੇ ਯਤਨਾਂ ਵਿੱਚ ਫਿਰਦੇ ਹਾਂ ਸਾਡੇ ਅੰਦਰ ਸਾਰਾ ਦਿਨ ਸੰਸਕਾਰ ਉਹ ਹੀ ਇਕੱਠੇ ਹੁੰਦੇ ਹੋਣਗੇ ਇਸ ਤਰ੍ਹਾਂ ਨਾਲ ਸਾਡਾ ਹੇਠਲਾ ਮਨ ਤਾਂ ਸਰੀਰਕ ਕਾਮਨਾ ਸਰੀਰਕ ਭੁੱਖਾਂ ਸਰੀਰਕ ਵਿਕਾਰਾਂ ਦੇ ਸੰਸਕਾਰਾਂ ਨਾਲ ਭਰਿਆ ਹੋਇਆ ਮਨ ਇੱਕ ਤਲਾਬ ਹੋਵੇਗਾ ਉਸ ਵਿੱਚੋਂ ਰੁਚੀਆਂ ਦੇ ਤਰੰਗ ਤਾਂ ਸੰਸਾਰਕ ਤੇ ਵਿਕਾਰੀ ਹੀ ਉਦੇ ਹੋਣਗੇ ਫਿਰ ਇਹ ਤਾਂ ਅਸੀਂ ਆਪ ਆਪਣੇ ਆਪ ਨੂੰ ਵੰਜਾ ਚੁੱਕੇ ਹਾਂ ਹੁਣ ਸਾਡੀ ਰੁਚੀ ਉੱਚੇ ਪਾਸੇ ਦੀ ਕੀ ਕੋ ਹੋਵੇਗੀ ਗੁਰੂ ਜੀ ਭਾਈ ਇਸ ਕਰਕੇ ਤਾਂ ਭਲਾਈ ਤੇ ਉੱਚਾਈ ਨੂੰ ਸਮਝ ਸਮਝ ਕੇ ਉਸ ਪਰ ਟੁਰਨ ਦੇ ਸੰਕਲਪ ਤੇ ਇੰਦੀਏ ਬਨ ਬਨ ਕੇ ਜਗਿਆਸੂ ਲੋਕ ਤੇ ਨੇਕੀ ਦੇ ਤਰਲੇ ਲੈਣ ਵਾਲੇ ਮੁੜ ਮੁੜ ਕੇ ਡਿੱਗਦੇ ਹਨ ਮਨ ਦੀਆਂ ਲੁਕੀਆਂ ਪਈਆਂ ਰੁਚੀਆਂ ਜੀਵਾਂ ਦੇ ਸਮਝ ਤੇ ਚੰਗਾ ਜਾਣੇ ਰਸਤੇ ਦੇ ਵਿਰੁੱਧ ਉਹਨਾਂ ਨੂੰ ਲੈ ਜਾਂਦੀਆਂ ਹਨ ਚੰਡਾ ਫਿਰ ਸਾਡੀ ਕਲਿਆਣਤਾ ਸੰਭਵ ਹੋ ਗਈ ਗੁਰੂ ਜੀ ਅਸੰਭਵ ਤਾਂ ਨਹੀਂ ਉਹ ਖੇਰੀ ਹੈ ਤੇ ਸਮਾਂ ਮੰਗਦੀ ਹੈ ਚੰਡਾ ਕਿਵੇਂ ਸਾਈਂ ਸਾਹਿਬ ਜੀ ਉਹ ਗੁਰੂ ਜੀ ਜਿਵੇਂ ਅਸਾਂ ਆਪਣੇ ਉਸ ਗੁਪਤ ਮਨ ਦੇ ਖਜ਼ਾਨੇ ਨੂੰ ਮਾੜੇ ਸੰਸਕਾਰਾਂ ਨਾਲ ਭਰਿਆ ਹੈ ਤਿਵੇਂ ਹੁਣ ਭਲੇ ਸੰਸਕਾਰਾਂ ਨਾਲ ਭਰਿਏ ਜੋ ਵਸਤ ਉਥੇ ਵਿਕਾਰ ਦੇ ਸੰਸਕਾਰਾਂ ਰੂਪੀ ਭਰ ਰਹੀ ਹੈ ਉਸ ਵਿੱਚ ਭਲਾਈ ਤੇ ਉਚਾਈ ਦੇ ਸੰਸਕਾਰਾਂ ਰੂਪੀ ਵਸਤ ਪਾਈ ਜਾਓ ਤਾਂ ਵਿਕਾਰ ਦੇ ਸੰਸਕਾਰਾਂ ਰੂਪੀ ਵਸਤੂ ਉਥੋਂ ਆਪੇ ਦੂਰ ਹੋ ਜਾਵੇਗੀ ਜਿਵੇਂ ਮੈਲਾ ਪਾਣੀ ਨਾਲ ਭਰੀ ਪਰਾਤ ਨੂੰ ਮੀਂਹ ਵਸਦੇ ਵਿੱਚ ਧਰਦੇ ਹੋ ਤਾਂ ਉਤੋਂ ਨਿਰਮਲ ਨੀਰ ਪੈ ਪੈ ਕੇ ਪਰਾਤ ਨੂੰ ਨਿਰਮਲ ਜਲ ਨਾਲ ਭਰਦਾ ਭਰਦਾ ਹੈ ਨਿਰਮਲ ਜਲ ਨਾਲ ਭਰਦਾ ਹੈ ਮੈਲਾ ਪਾਣੀ ਆਪੇ ਨਿਕਲਦਾ ਨਿਕਲਦਾ ਮੁੱਕ ਜਾਂਦਾ ਹੈ ਜੇ ਤਾਂ ਪਰਾਤ ਨੂੰ ਡੋਲ ਸਕੀਏ ਤਾਂ ਮੈਲਾ ਪਾਣੀ ਨਿਕਲ ਗਿਆ ਪਰ ਜੇ ਡੋਲ ਨਾ ਸਕੀਏ ਤਾਂ ਮੀਂਹ ਵਸਦੇ ਵਿੱਚ ਪਈ ਪਰਾਦ ਦਾ ਮੈਲਾ ਪਾਣੀ ਆਪੇ ਮੁੱਕ ਜਾਏਗਾ ਤਾਜ਼ਾ ਮੀਂਹ ਦਾ ਪਾਣੀ ਪੀ ਪੈ ਕੇ ਇਵੇਂ ਦ੍ਰਿਸ਼ਟਾਂਤ ਮਾਤਰ ਪਰਾਦ ਦੀ ਗੱਲ ਕਹੀ ਹੈ ਜੋ ਸਮਝ ਪੈ ਜਾਏ ਅਸਲੀ ਗੱਲ ਸਾਫ਼-ਸਾਫ਼ ਝੰਡ ਮਹਿਲ ਨਾਲ اٹੇ ਮਨ ਵਿੱਚ ਕੀ ਵਸਤੂ ਪਾਈਏ ਗੁਰੂ ਜੀ ਨੇਕੀਆਂ ਸ਼ੁਭ ਵਿਚਾਰਾਂ ਪਵਿੱਤਰ ਸੋਚਾਂ ਸ਼ੁਭ ਬਚਨ ਸ਼ੁਭ ਕਰਮ ਮੁਸ਼ਕਿਲ ਹੈ ਕਿ ਬੰਦੇ ਦੀ ਅੰਦਰਲੀ ਰੁਚੀ ਉਸ ਨੂੰ ਨਿਰੋਲ ਨੇਕੀ ਤੇ ਆਉਣ ਨਹੀਂ ਦਿੰਦੀ ਅੰਦਰਲੀ ਮੈਲ ਕੱਢਣ ਦਾ ਯਤਨ ਕਰਦੇ ਆਂ ਬੰਦਾ ਹਾਰਦਾ ਹੈ ਉਤੋਂ ਹੋਰ ਹੋਰ ਮੈਲ ਰੋਜ਼ ਦੀਆਂ ਗਰਾਵਟਾਂ ਦੇ ਅੰਦਰ ਜਾਂਦੀ ਰਹਿੰਦੀ ਹੈ ਕੁਝ ਧੋਬਦੀ ਹੈ ਕੁਝ ਹੋਰ ਪੈਂਦੀ ਹੈ ਇਸ ਕਰਕੇ ਨੇਰੇ ਸ਼ੁਭ ਕਰਮਾਂ ਤੇ ਟੇਕ ਧਾਰਨੀ ਸਿਰੇ ਨਹੀਂ ਆਪੜਾਉਂਦੀ ਕਰਮ ਸ਼ੁਭ ਕਰਨੇ ਹਨ ਸੋਚ ਭਲੀ ਕਰਨੀ ਹੈ ਸਾਰਾ ਤਾਣ ਲਾਉਣਾ ਹੈ ਪਰ ਕੁਝ ਹੋਰ ਵੀ ਚਾਹੀਦਾ ਹੈ ਜੋ ਰਹਿ ਰਹਿ ਜਾਂਦੀ ਕਸਰ ਨੂੰ ਪੂਰਾ ਕਰੇ ਸ਼ੁਭ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਕਾਰਜ ਨਹੀਂ ਸੰਵਰਦਾ ਪਰ ਸਾਡੇ ਅੰਦਰ ਔਗਣਾਂ ਦੇ ਸੰਸਕਾਰ ਭਰੇ ਪਏ ਹਨ ਇਹੋ ਤਾਂ ਮੁਸ਼ਕਲ ਹੈ ਜੋ ਨਹੀਂ ਧੋਪ ਦੇ ਮਨੁੱਖਾ ਪੂਰਨ ਹੈ ਇਸ ਦਾ ਮਨ ਔਗੁਣੀ ਭਰਪੂਰ ਹੈ ਔਗਣਾਂ ਵਿੱਚੋਂ ਗੁਣ ਨਹੀਂ ਉਪਜ ਸਕਦੇ ਸਾਰੇ ਗੁਣਾਂ ਦਾ ਨਿਵਾਸ ਪਰਮੇਸ਼ਵਰ ਵਿੱਚ ਹੈ ਬਿਨਾਂ ਗੁਣਾਂ ਦੇ ਸਾਡੀ ਸਫਾਈ ਨਹੀਂ ਹੁੰਦੀ ਕਲਿਆਣ ਨਹੀਂ ਸਾਰੇ ਗੁਣ ਪਰਮੇਸ਼ਰ ਜੀ ਵਿੱਚ ਹਨ ਉਸ ਨੂੰ ਅੰਦਰ ਵਸਾਈਏ ਮਹਿਲੇ ਪਾਣੀ ਵਾਲੀ ਪ੍ਰਾਤ ਨੂੰ ਉਦਮ ਨਾਲ ਚਾ ਕੇ ਬਦਲਾਂ ਹੇਟ ਧਰੀਏ ਬਦਲਾਂ ਦੀ ਵਸਦੀ ਮੌਲੇ ਧਾਰ ਵਰਖਾ ਆਪਣੇ ਨਿਰਮਲ ਨੀਰ ਨਾਲ ਉਸ ਨੂੰ ਭਰ ਭਰ ਕੇ ਨਿਰਮਲ ਕਰ ਦੇਵੇਗੀ ਮਹਿਲਾ ਪਾਣੀ ਆਪੇ ਦੂਰ ਹੋ ਜਾਏਗਾ ਉਸ ਸਭ ਗੁਣੀ ਭਰਪੂਰ ਦਾ ਸਿਮਰਨ ਕਰੀਏ ਉਹ ਸਭ ਗੁਣ ਭਰਪੂਰ ਹੈ ਉਨੇਕੀ ਕੁਲ ਹੈ ਜਿਉਂ-ਜਿਉ ਉਸ ਨੇਕੀ ਕੁਲ ਦੀ ਸਰਗੁਣੀ ਭਰਪੂਰ ਦੀ ਸ਼ੁੱద్ధి ਪਵਿੱਤਰਤਾ ਰੂਪ ਵਾਲੇ ਦੀ ਅਸੀਂ ਯਾਦ ਕਰਾਂਗੇ ਉਸ ਹੋਣ ਦਾ ਭਾਉ ਉਸ ਦਾ ਗੁਣੀ ਭਰਪੂਰ ਸਰੂਪ ਉਸ ਦੇ ਗੁਣਾਂ ਦਾ ਅਕਸ ਪਰਤਖ ਮਨ ਵਿੱਚ ਆ ਆ ਕੇ ਸੰਸਕਾਰ ਬਣ ਬਣ ਕੇ ਸੰਸਕਾਰ ਜਿੱਥੇ ਰਹਿੰਦੇ ਹਨ ਉਸ ਮਨ ਵਿੱਚ ਉਤਰੇਗਾ ਤਿਉ ਤਿਉ ਮਨ ਦੇ ਸੰਸਕਾਰਾਂ ਵਾਲੇ ਟਿਕਾਣੇ ਵਿੱਚੋਂ ਮਾੜੇ ਸੰਸਕਾਰਾਂ ਦਾ ਸਮਾਨ ਉਛਲ-ਉਛਲ ਕੇ ਡੋਲਣ ਲੱਗ ਜਾਏਗਾ ਤੇ ਨੇਕੀ ਦਾ ਸਮਾਨ ਭਰਨ ਲੱਗ ਜਾਏਗਾ ਸਮਾਪਾ ਕੇ ਉੱਥੇ ਸਾਈਂ ਦਾ ਸਰੂਪ ਉਸ ਦੀ ਹੋਣ ਦਾ ਭਾਉ ਉਸ ਦਾ ਗੁਣੀ ਭਰਪੂਰ ਸਤ ਸਰੂਪ ਲਬ ਲਬ ਭਰ ਜਾਏਗਾ ਫਿਰ ਸਾਡੀਆਂ ਰੁਚੀਆਂ ਸਭ ਨੇਕ ਹੋ ਜਾਣਗੀਆਂ ਸਾਡੇ ਮਨ ਦਾ ਸਾਰਾ ਵਜੂਦ ਸਤ ਸਰੂਪ ਨਾਲ ਭਰ ਭਰ ਕੇ ਸਤ ਸਰੂਪ ਹੋ ਜਾਏਗਾ ਨਾਮ ਜਪਿਆਂ ਪਾਪ ਧੋਪੇ ਸਾਈਂ ਆਇਆ ਉਸ ਦੇ ਗੁਣ ਆਏ ਫਿਰ ਸਮਝੋ ਕਿ ਨਾਮ ਅੰਦਰ ਰਚ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ